ਕੀ ਕਹਿੰਦੇ ਪਿਆ? ਕੁਛ ਨਹੀਂ, ਮੈਂ ਵੀਡੀਓ ਬਣਾਉਣ ਲੱਗਾ ਸੀਗਾ ਤਾਂ ਤੈਨੂੰ ਭੱਜ ਗਿਆ ਤੂੰ। ਭਾਜੀ ਸਾਨੂੰ ਕਹਿੰਦੇ ਕਿ ਗੱਡੀ ਦੇ ਦਿਓ ਤੇ ਤੁਸੀਂ ਜਾਵੋ। ਸਾਨੂੰ ਲੱਗਦਾ ਇਹਨਾਂ ਨੇ ਗੱਡੀ ਭਜਾ ਕੇ ਲੈ ਜਾਣੀ ਆ। ਮੈਂ ਚੇਅਰ ਤੇ ਬੈਠਿਆ ਨਾ, ਵੀਜ਼ਾ ਵੂਜ਼ਾ ਵੀ ਲਵਾ ਕੇ ਦੇਣਾ ਪੈਣਾ ਹੁਣ। ਵੀਜ਼ਾ ਭਾਜੀ ਮਾਤਾ ਇਹਦਾ ਕੀ ਚੱਕਰ ਆ? ਮੰਮੀ ਉਹ ਲੈਣ ਜਗ੍ਹਾ ਨੇਰੇ ਬੜਾ ਅੰਦਰ। ਉਹ ਭਣ ਜਾ, ਚੱਲ ਕੋਠੇ ਤੇ ਤੂੰ ਭਣ ਜਾ, ਚੱਲ ਕੋਠੇ ਤੇ। ਆਖੇ ਮੰਮੀ ਕਹਿੰਦੀ ਬੱਜਲ ਗਾਜਰ ਦਾ ਚੇਤਾ ਪਾ, ਗੱਜਦਾ ਵਾ ਮਾਮਾ ਭਣ ਜਾ, ਲੱਗਣਾ ਅਲੱਗ ਅਲੱਗ ਹੋ ਜਾਓ ਐਵੇਂ। ਸਾਡੀਆਂ ਵੀ ਆ ਤਾਰਾ ਤਾਰਾ ਥੋੜ੍ਹਾ ਜਿਹਾ ਇਗਨੋਰ ਕਰਿਓ, ਕਿਉਂਕਿ ਅਸੀਂ ਕੈਮਰੇ ਕੂਮਰੇ ਚੇਂਜ ਕਰਦੇ ਹਾਂ। ਮੈਂ ਲੈ ਕੇ ਆਇਆ ਵਾਂ ਸਾਰਾ ਕੁਛ, ਆਪਣੇ ਬ੍ਰਦਰ ਦੀ ਵੇਟ ਕਰਨ ਡਿਆ ਕਿ ਬ੍ਰਦਰ ਮੇਰਾ ਆਵੇ ਤਾਂ ਫਿਰ ਅਸੀਂ ਇਹ ਕੰਮ ਕਰੀਏ। ਓਏ ਗਨਕਾਰ ਪੁੱਤ, ਗਨਕਾਰ ਗਨਕਾਰ ਆ ਜਾ ਜਲਦੀ ਜਲਦੀ ਪੁੱਤ, ਚਾ ਆ ਦੇ ਭੂਆ ਦੇ ਸਿਰ ਦੇ ਉੱਤੇ ਚਾ। ਉੱਠੇ ਹੀ ਆ ਹੁਣੇ, ਹਜੇ ਉੱਠੇ ਹੀ ਆ, ਰਾਤੀ ਅਸੀਂ ਮੈਂ ਕਹਿੰਦਾ ਟਾਈਮ ਨਾ ਆ ਗਿਆ, ਜਦੋਂ ਆਣ ਕੇ ਪਏ ਆ ਮੈਨੂੰ ਲੱਗਦਾ ਹਵਾ ਹਨੇਰੀ ਕਿੰਨੀ ਹੀ ਹੈ। ਚਾਹ ਪੀਓ, ਚਾਹ ਆ ਜਾਓ, ਤੁਹਾਨੂੰ ਸਵੇਰੇ ਸਵੇਰੇ ਚਾਹ ਪਲਾਈ ਆ ਜਾਓ ਬੈਸਕੁਟਾਂ ਦੇ ਨਾਲ, ਉਹ ਚਾਹ ਚ ਪੈਣ। ਮੀਂਹ ਸੀ ਪੈ ਰਿਹਾ, ਮੀਂਹ ਸੀ। ਮੰਮੀ ਕਹਿੰਦੀ ਕਿ ਮਾਮਾ ਭਾਣਜਾ ਤੁਸੀਂ ਇਕੱਠੇ ਨਾ ਹੋਵੋ, ਵਾਕਈ ਏਦਾਂ ਹੁੰਦੀ ਆ? ਚਾਰ ਹੁੰਦਾ ਭਾਣਜੇ, ਚੱਲ ਅੰਦਰ ਫਿਰ ਚੱਲ ਅੰਦਰ। ਸਾਡੇ ਮੂੰਹ ਸੁੱਜੇ ਸੁੱਜੇ ਲੱਗਦੇ ਹੋਣੇ ਨਾ, ਰਾਤੀ ਅਸੀਂ ਹਵੇਲੀ ਆਏ ਆ ਤੇ ਬਹੁਤ 1 ਵਜੇ ਸੁੱਤੇ, ਬਹੁਤ ਟਾਈਮ ਨਾਲ ਮਤਲਬ ਘਰੇ ਪਹੁੰਚ ਗਏ, ਬਾਅਦ ਸ਼ੁਰੂ ਹੋ ਗਿਆ ਸੀ ਮੂੰਹ, ਮਤਲਬ ਹਵਾ ਹੋ ਚੰਗੀ ਮਤਲਬ ਆਈ ਤੇ ਹੁਣ ਸਵੇਰ ਦਾ 8 ਕੁ ਵੱਜ ਗਿਆ, 8:30 ਵੱਜ ਗਿਆ ਤੇ ਉੱਠੇ ਆ ਮੈਂ ਵੈਦਰ ਦਿਖਾਈਏ ਤੁਹਾਨੂੰ ਸਵੇਰ ਦਾ ਕਿੰਨਾ ਸ਼ਾਨਦਾਰ ਵੈਦਰ ਆ। ਕੀ ਕਹਿੰਦੇ ਪਿਆ? ਕੁਛ ਨਹੀਂ, ਮੈਂ ਵੀਡੀਓ ਬਣਾਉਣ ਲੱਗਾ ਸੀਗਾ ਤਾਂ ਤੈਨੂੰ ਭੱਜ ਗਈ ਤੂੰ। ਮੈਂ ਸੋਚਦੀ ਆ ਕਿ ਆਪਾਂ ਥੋੜੀ ਜਿਹੀ ਰੋਟੀ ਖਾ ਜਾਈਏ, ਮਾੜੀ ਜੀ 2 ਮਿੰਟ ਲੱਗਣੇ ਪਲੀਜ਼, ਆਪਾਂ ਨੂੰ ਭੁੱਖ ਲੱਗੂਗੀ, ਬਾਹਰ ਜਾ ਕੇ ਤਾਂ ਕੁਛ ਖਾਣਾ ਨਹੀਂ ਹੁੰਦਾ। ਸਹੀ ਆ, ਚਲੋ ਆ ਜਾਓ, ਫੋਲੋ ਮੀ, ਫੋਲੋ ਜੀ, ਹਾਂ ਫੋਲੋ ਮੀ, ਆ ਸਾਡੀ ਬਾਹਰ ਲੈ ਕੇ ਚਲਾ। ਅਸੀਂ ਟਰਾਈ ਕਰਾਂਗੇ ਘਰ ਦਾ ਹੋਮ ਟੂਰ ਕਰਾਉਣ ਦੀ ਜੇ ਸਾਡਾ ਟਾਈਮ ਲੱਗ ਗਿਆ ਤਾਂ। ਆ ਸਾਡੇ ਡੈਡ ਜੀ ਬੈਠੇ ਆ, ਕੋਈ ਗੱਲ ਨਹੀਂ, ਫਿਰ ਕੀ ਆ, ਆ ਮੰਮੀ ਆ ਇੱਧਰ, ਨਿਆਣਿਆਂ ਨੂੰ ਆ ਮੌਜਾਂ ਲੱਭਣੀਆਂ, ਮੈਂ ਕਿਹਾ ਆ ਮੌਜਾਂ ਨੀ ਲੱਭਣੀਆਂ ਉੱਥੇ ਹਨਾ ਸੀਰਤ, ਕਦੇ ਇੱਥੇ ਬਹਿ ਗਏ ਕਦੇ ਅੰਦਰ ਬਹਿ ਗਏ ਹਨਾ, ਲੈਟ ਗਈ ਹੋਈ ਆ, ਜਨਰੇਟਰ ਚੱਲਦਾ ਉਹਦਾ ਕਰਕੇ ਆਵਾਜ਼ ਨਹੀਂ ਸੁਣਦੀ, ਮੇਰੀ ਸੁਣ ਦੇਣੀ ਪਈ, ਮੈਂ ਹੀ ਰੌਲਾ ਪਾਉਣਾ ਵਿੱਚ। ਉੱਦਾਂ ਇੱਕ ਗੱਲ ਆ ਕਿ ਰੋਡ ਹੁਣ ਬਹੁਤ ਵਧੀਆ ਬਣ ਗਈਆਂ ਵਾ, ਜਲੰਧਰ ਨੂੰ ਅਸੀਂ ਆਏ ਹਾਂ, ਜਰੈਨਕ ਬਾਜ਼ਾਰ ਜਾ ਰਹੇ ਹਾਂ ਅਤੇ ਅੱਗੇ ਸਾਨੂੰ ਲੱਗ ਜਾਂਦਾ ਹੁੰਦਾ ਸੀ ਸੌਖਾ ਹੀ ਘੰਟਾ ਡੇਢ ਘੰਟਾ, ਹੁਣ ਮੈਨੂੰ ਲੱਗਦਾ ਆਪਾਂ ਨੂੰ ਅੱਧਾ ਘੰਟਾ ਨਹੀਂ ਲੱਗਾ ਹਨਾ, ਜਲਦੀ ਪਹੁੰਚ ਗਏ ਹਾਂ ਅਤੇ ਵਧੀਆ ਵਾ, ਵੈਸੇ ਇੱਥੋਂ ਦੇ ਲੋਕਾਂ ਲਈ ਵਧੀਆ ਵਾ ਅਤੇ ਜਿਹੜੇ ਬਾਹਰੋਂ ਆਉਂਦੇ ਉਹਨਾਂ ਲਈ ਵੀ ਕਨਵੀਨੀਅਨ ਹੋ ਗਿਆ, ਨਹੀਂ ਤਾਂ ਅੱਗੇ ਗੱਡੀ 'ਚ ਬਹਿ ਬਹਿ ਕੇ ਚਲੋ ਪਾਸੇ ਦੁਖਣ ਲੱਗ ਜਾਂਦੇ ਸੀਗੇ, ਲੱਕ ਦੁਖਣ ਲੱਗ ਜਾਂਦਾ ਸੀਗਾ। ਅਤੇ ਬਾਕੀ ਅੱਜ ਰੈਣਕ ਬਾਜ਼ਾਰ 'ਚ ਪੂਰਾ ਭੀੜ ਭੜੱਕਾ ਹੋਣਾ ਮੇਰੇ ਹਿਸਾਬ ਦੇ ਨਾਲ, ਅੱਜ ਸੰਡੇ ਆ ਅਤੇ ਆਹ ਦੇਖੋ ਆਹ ਕਿਹੜੀ ਆਈਟਮ ਆ, ਮੈਨੂੰ ਬੜੀ ਵਧੀਆ ਲੱਗੀ, ਸ਼ਾਨਾ ਹੁੰਦਾ ਤਾਂ ਉਹਨੇ ਕਹਿਣਾ ਸੀ ਮੰਮਾ ਇਹ ਓਦਾਂ ਨਹੀਂ ਲੱਗਦਾ ਜਿੱਦਾਂ ਉਹ ਕੀ ਹੁੰਦੇ ਆ ਡਾਇਨਾਸੌਰ ਲੰਮੀਆਂ ਲੰਮੀਆਂ ਲੱਤਾਂ ਵਾਲੇ, ਉਹ ਕਾਫੀ ਆ ਨਾ, ਵਧੀਆ ਲੱਗ ਰਿਹਾ ਵਾ ਵੈਸੇ, ਡਿਵੈਲਪਮੈਂਟ ਹੋ ਰਹੀ ਆ ਤੇ ਕੰਟਰੀ ਪ੍ਰੋਗਰੈਸ ਕਰ ਰਹੀ ਆ ਤੇ ਵਧੀਆ ਵਾ।
ਸਾਰਾ ਮਤਲਬ ਐਨ ਐਂਡ ਲੱਗਦਾ ਗਾ ਲੋਕੇ ਜਿੱਦਾਂ ਕਹਿੰਦੇ ਹੁੰਦੇ ਇੱਕ ਤਾਂ ਆਪਦੀ ਫੀਲਿੰਗ ਹੁੰਦੀ ਆ ਕਿ ਆਪ ਦੇ ਦੇਸ਼ ਆਏ ਹੋਏ ਹਨਾ ਹਾਂਜੀ ਬਹੁਤ ਵਧੀਆ ਲੱਗਦਾ ਵਾ ਤੇ ਬਾਕੀ ਤਰੱਕੀ ਦੇਖ ਕੇ ਵੀ ਵਧੀਆ ਲੱਗਦਾ ਵਾ ਜਿੱਥੇ ਵੀ ਜਾਂਦੇ ਆ ਲੋਕਾਂ ਦਾ ਇੰਨਾ ਪਿਆਰ ਮਿਲਦਾ ਵਾ ਮਤਲਬ ਫੋਟੋਆਂ ਖਿਚਾਉਂਦੇ ਆ ਤੇ ਵਧੀਆ ਲੱਗਦਾ ਵਾ ਕਿ ਅਸੀਂ ਕੁਛ ਇਦਾਂ ਦਾ ਮਤਲਬ ਆਡੀਅੰਸ ਨੂੰ ਦੇ ਰਹੇ ਆ ਵੀ ਉਹ ਪਸੰਦ ਕਰਦੇ ਆ ਸਾਨੂੰ ਖੁਸ਼ ਹੋ ਕੇ ਮਿਲਦੇ ਆ ਵਧੀਆ ਲੱਗਦਾ ਸਾਨੂੰ ਪਰ ਕਈ ਵਾਰੀ ਕੁਛ ਲੋਕ ਸੰਗ ਜਾਂਦੇ ਆ ਸੋ ਸੰਗਣ ਵਾਲਾ ਕੰਮ ਨਾ ਕਰਿਆ ਕਰੋ ਜਦੋਂ ਉਹ ਸੰਗਦੇ ਆ ਸਾਨੂੰ ਵੀ ਸੰਗਾ ਦਿੰਦੇ ਆ ਸਾਨੂੰ ਵੀ ਮਤਲਬ ਕਈ ਵਾਰ ਫਿਰ ਗੱਲ ਨਹੀਂ ਹੁੰਦੀ ਕੋਈ ਤੇ ਕਿਉਂਕਿ ਵੀਡੀਓ ਚ ਆਪਾਂ ਜਿੰਨਾ ਮਰਜ਼ੀ ਬੋਲਦੇ ਆ ਕਿ ਇਕੱਲੇ ਆ ਵੀ ਸਾਡੇ ਕੋਲ ਹੈ ਨੀ ਕੋਈ ਨਾ ਬੰਦਾ ਖੁੱਲ ਕੇ ਬੋਲ ਲੈਂਦਾ ਵਾ ਤੇ ਜਦੋਂ ਇਦਾਂ ਸਾਹਮਣੇ ਹੁੰਦਾ ਫਿਰ ਉਦੋਂ ਥੋੜਾ ਕੈਮਰਾ ਔਖਾ ਜਿਹਾ ਹੋ ਜਾਂਦਾ ਵਾ ਪਰ ਫਿਰ ਵੀ ਸੋ ਫਾਰ ਵਧੀਆ ਰਿਹਾ ਐਕਸਪੀਰੀਅੰਸ ਹੁਣ ਉਧਰ ਦੇ ਆਏ ਹੋਏ ਜਿੱਥੇ ਜਿੱਥੇ ਆਪਾਂ ਚਲੋ ਜੀ ਸਾਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਤੇ ਵਧੀਆ ਮਿਲਦੇ ਆਗਲੇ ਸਪੋਟ ਜੀ ਆਪਾਂ ਰੈਣਕ ਬਾਜ਼ਾਰ ਫੁੱਲ ਪੀ 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 ਫੁੱਲ ਹੋਣ ਦੀ ਆ ਦੇਖੋ ਆ ਫਸਟ ਕਾਪੀ ਰੇਬਨ ਦੀ ਹੈ ਹੱਸ ਕੇ ਖੇਡਿਆ ਕਰਦਾ ਵਾ ਲੋਕਾਂ ਨੇ ਕਹਿਣਾ ਅਗਲੇ ਦੀ ਬੇਇੱਜ਼ਤੀ ਕਰ ਲੈ ਹੈ ਤੁਸੀਂ ਹੈ ਆ ਲੋ ਕਰੋ ਅਪਡੇਟ ਵੀ ਮੇਰੀ ਗੱਲ ਬਣ ਹੀ ਗਈ ਫਿਰ ਮੇਰੀ ਕੋਟ ਪੈਂਟ ਦਾ ਜਗਾੜ ਹੋ ਹੀ ਗਿਆ ਫਿਰ ਇੱਥੇ ਮਤਲਬ ਜਿਹੜੀਆਂ ਤੇ ਜਾਣਾ ਸੀਗਾ ਪੈਂਟ ਆਪਾਂ ਲਾਈਟ ਕਰ ਲਾਂਗੇ ਪੈਂਟ ਪੈਂਟ ਥੈਂਕ ਯੂ ਭਰਾ ਮੁੰਡਾ ਕਾਫੀ ਲੈ ਕੇ ਆਇਆ ਸਪੈਸ਼ਲ ਦੇਖੀ 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 ਕਿਉਂਕਿ ਸੰਦੀਪ ਨੂੰ ਪੱਖੇ ਨੀ ਪਸੰਦ ਆਏ ਪੱਖੇ ਵਾਲ ਖਰਾਬ ਕਰ ਰਿਹਾ ਉਦੋਂ ਤਾਂ ਮੈਂ ਬੜਾ ਧਿਆਨ ਰੱਖਦਾ ਮੈਂ ਤਾਂ ਪੱਖੇ ਦੇ ਹੇਠਾਂ ਸਿੱਧਾ ਬੈਠੀ ਦਾ ਨੀਗਾ ਕਿਉਂਕਿ ਨਾਸਾਂ ਚੱਲਣ ਲੱਗ ਪੈਂਦੀਆਂ ਵਾ ਅਤੇ ਪਰ ਉਹਦਾ ਬੰਦਾ ਚਲੋ ਸੈੱਟ ਵੈੱਟ ਹੋ ਜਾਂਦਾ ਇੱਥੇ ਅਤੇ ਠੀਕ ਆ ਸੋ ਫਾਰ ਕਾਫੀ ਕੂਫੀ ਪੀ ਲਿਆ ਹੁਣ ਅੱਖਾਂ ਖੁੱਲ੍ਹ ਗਿਆ ਪੂਰੀਆਂ ਗਏ ਤਾਂ ਇੱਥੇ ਹੀ ਆ ਪਰ ਥੋੜ੍ਹਾ ਥੋੜ੍ਹਾ ਔਖਾ ਲੱਗਦਾ ਹੁਣ ਤੂੰ ਨਾ ਘਵਾ ਦੂੰ ਮੈਂ ਬਹੁਤੀ ਨਹੀਂ ਮੈਂ ਨਹੀਂ ਮੈਨੂੰ ਦੁਬਾਰਾ ਨਹੀਂ ਨਹੀਂ ਆਪਾਂ ਤੈਨੂੰ ਨੀ ਗਵਾਚਣ ਦੇਣਾ ਟੈਨਸ਼ਨ ਨਾ ਲੈ ਮੈਂ ਕਿਹਾ ਮੂਹਰੇ ਤੋਰ ਲਵਾਂ ਤੈਨੂੰ ਕਿਤੇ ਗਵਾਚ ਹੀ ਨਾ ਜਾਵੇ ਤੂੰ ਪਹਿਲੀ ਨਜ਼ਰ 'ਚ ਕੀ ਲੱਗਾ ਵਾ ਲੱਗਾ ਕੁਛ ਆਇਆ ਪਸੰਦ ਹੈ ਹਜੇ ਨਹੀਂ ਪਸੰਦ ਆਇਆ ਕੁਛ ਇੰਨਿਆਂ ਦੇ ਵਿੱਚੋਂ ਜੇ ਪਸੰਦ ਨਾ ਆਇਆ ਫਿਰ ਤਾਂ ਉਹੀ ਗੱਲ ਹੋ ਗਈ ਜ਼ਿਆਦਾ ਗੰਨੇ 'ਚੋਂ ਗੰਨਾ ਪਸੰਦ ਨਾ ਆਉਣ ਵਾਲਾ ਨਾ ਨਾ ਕਰਦੀ ਨੇ ਫਿਰ ਪਸੰਦ ਕਰ ਹੀ ਲੈਵਾ ਵਾ ਹੈ ਦੁਬਾਰਾ ਫਿਰ ਪਹੁੰਚਾਂਗੇ ਹਾਂਜੀ ਓਕੇ ਭਾਜੀ ਥੈਂਕ ਯੂ ਜੀ ਓਕੇ ਜੀ ਥੈਂਕ ਯੂ ਓਕੇ ਵੀਰ ਵਾਕਈ ਉਦਾਂ ਸਹੀ ਗੱਲ ਨਾ ਨਾ ਕਰਦੀ ਨੇ ਪਹਿਲਾਂ ਕਹਿੰਦੀ ਪਸੰਦ ਨਹੀਂ ਹੋਣਾ ਅਸੀਂ ਮਤਲਬ ਇੱਦਾਂ ਸਪੈਸ਼ਲ ਮੈਥ ਕੇ ਨਹੀਂ ਆਏ ਸੀ ਵੀ ਇੱਥੇ ਜਾਣਾ ਜਾਂ ਉੱਥੇ ਜਾਣਾ ਵਾ ਸੋ ਰੈਂਡਮਲੀ ਦੇਖੀ ਭਾਉ ਦੇਖੀ ਮਤਲਬ ਕਿ ਰੈਂਡਮਲੀ ਅਸੀਂ ਇੱਥੇ ਪਹੁੰਚੇ ਸੀਗੇ ਮੈਂ ਥੋੜ੍ਹੇ ਆਪਦੀ ਗੱਡੀ ਭਜਾਈ ਫਿਰ ਕਹਿੰਦੀ ਨਹੀਂ ਇੰਨਾ ਤੇਜ਼ ਵੀ ਨਹੀਂ ਭੱਜਣਾ ਗਾ ਮੈਂ ਪਿੱਛੇ ਰਹਿ ਗਈ ਕਿੱਦਾਂ ਕਿੱਦਾਂ ਆਲੂ ਵਾਂਗੂ ਭੁੱਜਦੀ ਆ ਧੁੱਪ ਚੰਗੀ ਲੱਗੀ ਹੋਈ ਆਲੂ ਵਾਂਗੂ ਭੁੱਜਦੇ ਪਏ ਆ ਲਓ ਜੀ ਆਹ ਸਾਡੀ ਫੇਵਰੇਟ ਦੁਕਾਨ ਆ ਜੂਸ ਵਾਲੀ ਜੂਸ ਜ਼ਰੂਰ ਟੇਸਟ ਕਰੀਦਾ ਜਦ ਵੀ ਆਉਂਦੇ ਹਾਂ ਕਿਹੜਾ ਪੀਣਾ ਮੈਮ ਆਲੂ ਵਾਂਗੂ ਵਾਹਵਾ ਰਾੜ ਹੋਈ ਹੈ ਨਾ ਓਕੇ ਜੀ ਓਕੇ ਲਓ ਜੀ ਆਪਣੇ ਆ ਗਏ ਜੂਸ ਲੋ ਜੀ ਮੈਡਮ ਉਹ ਹੈਂਡਲ ਤੋਂ ਫੜੋ ਸਰਕਾਰ ਕੀ ਕਰਦੇ ਆ ਟੇਸਟ ਟੇਸਟ ਵੀ ਦੱਸਦੀ ਕਿੱਦਾਂ ਦਾ ਵਾ ਤੋ ਮਤਲਬ ਇਹ ਮਿਸ ਨਹੀਂ ਕਰੀਦਾ ਵੈਸੇ ਜਦੋਂ ਜਲੰਧਰ ਆਈਦਾ ਵਾ ਜਿੰਨੀ ਵਾਰ ਮਰਜ਼ੀ ਆ ਜਾਵੇ ਤੋ ਜ਼ਰੂਰ ਟੇਸਟ ਕਰੀਦਾ ਵਾ ਆਈ ਥਿੰਕ ਤੁਸੀਂ ਵੀ ਆਉਂਦੇ ਹੋਣੇ ਆ ਇੱਥੇ ਕਿਉਂਕਿ ਕਾਫੀ ਫੇਮਸ ਦੁਕਾਨ ਆ ਇਹ ਕਾਰਨਰ ਤੇ ਰੈਣਕ ਬਾਜ਼ਾਰ ਦੇ ਕਾਰਨਰ ਤੇ ਸਾਰਿਆਂ ਨੂੰ ਪਤਾ ਹੋਣਾ ਜੂਸ ਵਾਲੀ ਦੁਕਾਨ ਦਾ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਨਿੱਕੇ ਨਿੱਕੇ ਫੈਨ ਆ
ਮੈਂ ਤਾਂ ਇੱਕ ਗੱਲ ਕਰਨ ਲੱਗਾ ਹੈਗਾ ਕਿ ਆ ਕੱਢਣ ਲੱਗਿਆ ਸੀ ਸੋ ਫਾਰ ਵਧੀਆ ਰਿਹਾ ਐਕਸਪੀਰੀਅੰਸ ਓ ਕੀ ਕਹਿੰਦਾ ਕਿੱਧਰ ਜਾਣਾ ਵਾ ਹਾਂਜੀ ਜਾਓ ਤੁਸੀਂ ਮਾਫੀ ਲੈ ਲਓ ਹਰ ਵਾਰੀ ਸਕਿਪ ਹੋ ਜਾਂਦੀ ਆ ਜਿਆਦੀ ਐਡਵਾਂਸ ਕੰਮ ਨੀ ਮੰਗ ਲਿਆ ਜਿਆਦੀ ਹੱਦ ਹੋ ਗਈ ਕਿ ਹੁਣੇ ਚਾਹੀਦਾ ਇਹ ਪਾ ਕੇ ਜਾਣਾ ਵਾ ਸਨੀ ਵਾਸਤੇ ਸਨੀ ਵਾਸਤੇ ਜਾਂ ਸਨੀ ਦੇ ਵਿਆਹ ਲਈ ਚੁੰਨੀ ਸੋਹਣੀ ਬੈਗ ਲਓ ਵੀ ਕਲਰ ਤੇ ਆ ਵੀ ਬਹੁਤ ਵਧੀਆ ਲੱਗਾ ਉਹਦਾ ਹੈ ਤੂੰ ਹੋਰ ਪਤਲੀ ਲੱਗਣ ਲੱਗ ਪਈ ਆ ਨਹੀਂ 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 ਰਹਿਣ ਦੇ ਇਟਸ ਓਕੇ ਹੀਲ ਤੂੰ ਜਿੰਨੀ ਮਰਜ਼ੀ ਪਾ ਲਾ ਉੱਚੀ ਨਹੀਂ ਹੋਣਾ ਤੇ ਤੋਂ ਚਲੋ ਜੀ ਨਾਰੀਅਲ ਪੀਓ ਫਿਰ ਆਪਾਂ ਤਾਂ ਭਾਈ ਅਮਲੀ ਬੰਦੇ ਕਾਫੀ ਵਾਲੇ ਕਾਫੀ ਚੱਲਦੀ ਆ ਅਸੀਂ ਪਾਸ ਹੀ ਕਰ ਰਹੇ ਸੀਗੇ ਕਹਿੰਦੀ ਰੁਕੋ 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 ਕਦੇ ਮਿੱਠਾ ਘੱਟ ਤਾਂ ਨਹੀਂ ਕੋਈ ਮਿੱਠਾ ਕੋਕੋਨਟ ਦੇ ਦਰਸ਼ਨ ਵੀ ਕਰਾ ਦੇ ਨਹੀਂ ਨਹੀਂ ਓਦਾਂ ਮੈਂ ਕਹਿੰਦਾ ਦਰਸ਼ਨ ਕਰਦੇ ਮੈਂ ਤਾਂ ਕਾਫੀ ਕਹਾਵਤ ਸੀਗੀ ਇੱਕ ਮੈਂ ਹੁਣ ਕਹਿਣੀ ਨੀ ਮੈਂ ਕਹਿਣ ਲੱਗਾ ਸੀ ਨਿਗਾਹ ਹਾਂ ਵਧੀਆ ਕਲਰ ਸੋਹਣਾ ਡਿਜ਼ਾਇਨ ਵੀ ਸੋਹਣਾ ਵਾ ਹਾਂ ਐਸ ਪੀ ਕਿੱਦਾਂ ਵਧੀਆ ਵਧੀਆ ਮੈਂ ਕਰਦਾ ਕਾਲ ਅਸੀਂ ਮਾੜਾ ਬਾਹਰ ਸ਼ੋਪਿੰਗ ਕਰ ਰਿਹਾ ਫਿਰ ਮੈਂ ਤੈਨੂੰ ਕਰਦਾ ਕਾਲਜ ਤੋਂ ਨਿਕਲ ਕੇ ਕਰਦਾ ਕਾਲ ਓਕੇ ਓਕੇ ਤੇਰੇ ਵਾਸਤੇ ਸਰਪ੍ਰਾਈਜ਼ ਆ ਕੱਲ ਨੂੰ ਪੈਸੇ ਪੂਰੇ ਰੈਡੀ ਰੱਖੀ ਸਾੜੀ ਤਾਂ ਉਹ ਵੀ ਵਧੀਆ ਵਾ ਪਰ ਭਾਰੀ ਆ ਤੇਰੇ ਲੱਗਦਾ ਭਾਰ ਚੱਕ ਨਹੀਂ ਹੋਣਾ ਤੇਰੇ ਤੋਂ ਲੱਗਦਾ ਨਾ ਚੱਕ ਲੂੰਗੀ ਸੋ ਡਨ ਰੈਡੀ ਦਿਲ ਬਗ ਬਗ ਹੋ ਗਿਆ ਹੁਣ ਕਿ ਨਹੀਂ ਹਜੇ ਹੈਂ ਜਿੱਦਾਂ ਹੈ ਨਾ ਨਿਆਣਿਆਂ ਨੂੰ ਭਾਨ ਖਿਲਾਰੀ ਹੁੰਦੀ ਤੂੰ ਦੋ ਕੰਮ ਕੀਤਾ ਜਿੱਦਾਂ ਦੋ ਦੋ ਮਤਲਬ ਚੱਕ ਦੋ ਫੱਟੇ ਦੋ ਦੋ ਹੈਨਾ ਚੰਗੇ ਕੰਨਾਂ ਦੇ ਪੜਦੇ ਖੋਲਦੇ ਆ ਕਿ ਜੇ ਤੁਹਾਨੂੰ ਭੁਲੇਖਾ ਵੀ ਲੱਗ ਗਿਆ ਤਾਂ ਕਲੀਅਰ ਕਰ ਲਓ ਇੱਕ ਵਾਰੀ ਚਿਹਰਾ ਦਿਖਾ ਦੇ ਹੁਣ ਖੁਸ਼ੀਆਂ ਦਿਖਾ ਦੇ ਓਕੇ ਜੀ ਓਕੇ ਬਾਈ ਥੈਂਕ ਯੂ ਜੀ ਥੈਂਕ ਯੂ ਲੋ ਜੀ ਆਪਾਂ ਪਹੁੰਚ ਗਏ ਵਾਪਸ ਆਪਣੇ ਸ਼ਾਹਕੋਟ ਤੇ ਇੱਥੇ ਮੈਂ ਇੱਕ ਭਾਜੀ ਹੋਣਾ ਨੂੰ ਉਹ ਆਪਣੇ ਨਾਲ ਦੇ ਪੈਂਦੇ ਆ ਉਹਨਾਂ ਦੀ ਸਪੈਸ਼ਲ ਰਿਕੁਐਸਟ ਆ ਕਿ ਭਾਈ ਆਓ ਸਾਡੇ ਬੱਚੇ ਤੁਹਾਨੂੰ ਮਿਲਣਾ ਚਾਹੁੰਦੇ ਆ ਫੋਟੋ ਖਿਚਾਉਣਾ ਚਾਹੁੰਦੇ ਆ ਕਿ ਜ਼ਰੂਰ ਆਹ ਹੈਗਾ ਟੈਂਪੂ ਹੋਣਾ ਅੱਡਾ ਜੀ ਜੇ ਤੁਹਾਨੂੰ ਯਾਦ ਆ ਤਾਂ ਕਾਫੀ ਅਪਡੇਟ ਹੋਇਆ ਹੋਇਆ ਹਾਂ ਕਾਫੀ ਅਪਡੇਟ ਹੋਇਆ ਹੋਇਆ ਕੰਮ ਉਹਦਾ ਅੱਛਾ ਭਾਜੀ ਉਹਨਾਂ ਦਾ ਇਮੀਗ੍ਰੇਸ਼ਨ ਦਾ ਆਫਿਸ ਆ ਕਿਉਂਕਿ ਭਾਜੀ ਹੋਣਾ ਦਾ ਪਹਿਲਾਂ ਸੀਗਾ ਕਰਿਆਨੇ ਦੀ ਦੁਕਾਨ
ਆਰਤੀ ਆ ਸੀਗਾ ਭਾਜੀ ਹੁਣੀ ਪਹਿਲਾਂ ਤੇ ਮੈਂ ਸੋਚਦਾ ਸੀਗਾ ਉਹ ਇਹਨਾਂ ਨੇ ਗਾ ਅਪਡੇਟ ਕੀਤਾ ਪਰ ਚੇਂਜ ਕਰ ਲਿਆ ਇਹਨਾਂ ਨੇ ਪ੍ਰੋਫੈਸ਼ਨ ਆਪਦਾ ਉਹ ਤੁਹਾਡਾ ਭਲਾ ਹੋਵੇ ਤੁਸੀਂ ਤਾਂ ਪੂਰੇ ਸਵਾਗਤ ਵਾਸਤੇ ਖੜੇ ਸਾਡੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਕਿੱਦਾਂ ਜੀ ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਬਿਜ਼ੀ ਕਰ ਦਿੱਤਾ ਤੁਸੀਂ ਜੀ ਤੁਸੀਂ ਸਾਨੂੰ ਨਰਵਸ ਕਰ ਦਿੱਤਾ ਜੀ ਤੁਸੀਂ ਸਾਨੂੰ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਵੀ ਵਾਹਿਗੁਰੂ ਥੈਂਕ ਯੂ ਜੀ ਥੈਂਕ ਯੂ ਕੋਈ ਗੱਲ ਨੀ ਕੰਟੀਨਿਊ ਰਹੋ ਜੀ ਅੱਗੇ ਜੀ ਕਾਲ ਕਰ ਰਹੇ ਮੈਂ ਭਾਜੀ ਜਰੂਰ ਮੈਂ ਮਿਲ ਕੇ ਜਾਊਂਗਾ ਤੇ ਪਰ ਸਵੇਰ ਦੇ ਮਤਲਬ ਜਲੰਧਰ ਗਏ ਹੋਏ ਸੀਗੇ ਉਹਨਾਂ ਨੂੰ ਜਿਆਦਾ ਮਤਲਬ ਖੇਡਣ ਦਾ ਮਤਲਬ ਆ ਜੀ ਮੈਂ ਚੇਅਰ ਤੇ ਬੈਠਿਆ ਵੀਜ਼ਾ ਵੂਜ਼ਾ ਵੀ ਲਵਾ ਕੇ ਦੇਣਾ ਪੈਣਾ ਹੁਣ ਵੀਜ਼ਾ ਭਾਜੀ ਕੋਲ ਸਾਰੀਆਂ ਕੰਟਰੀਜ਼ ਦਾ ਸਾਰੀਆਂ ਦਾ ਜੂਸ ਦਾ ਵੀ ਆਹ ਦੇਖ ਗਲੋਬ ਰੱਖਿਆ ਜਿੱਥੇ ਹੱਥ ਰੱਖੋਗੇ ਸਹੀ ਹੈ ਜੀ ਸਹੀ ਹੈ ਬਸ ਹੱਥ ਧਿਆਨ ਨਾਲ ਰੱਖਿਓ ਕਿਤੇ ਸਮੁੰਦਰ ਚ ਨਾ ਥੈਂਕ ਯੂ ਜੀ ਇੰਨੇ ਪਿਆਰ ਲਈ ਤੁਸੀਂ ਹੁਣ ਬੈਠੋ ਚੇਅਰ ਚੂਰ ਲਵੋ ਤੁਸੀਂ ਹੁਣ ਸਾਨੂੰ ਇਹਦੇ ਇੱਛਾ ਲੱਗ ਰਿਹਾ ਇਧਰ ਭਾਜੀ ਹੁਣੇ ਗਿਫਟ ਰੈਡੀ ਕਰਕੇ ਬੈਠੇ ਆ ਤੁਸੀਂ ਕਾਹਦੇ ਲਈ ਇੰਨੀ ਐਫਰਟ ਕੀਤੀ ਭਾਈ ਤੇ ਖੇਤਰ ਜ਼ਿਆਦਾ ਕੀਤੀ ਉਹਦਾ ਕੋਈ ਕੀਤੀ ਨਹੀਂ ਹਾਂਜੀ ਤੁਹਾਨੂੰ ਕਿਹਾ ਸੀ ਤੱਲਕਾ ਜੀ ਇਹ ਸਾਰੀ ਫੈਮਿਲੀ ਆਪਣੇ ਗਵਾਂਢੀ ਪਿੰਡ ਤੋਂ ਆ ਤੇ ਸ਼ਹਿਰ ਇਸ ਟਾਈਮ ਸ਼ਾਹਕੋਟ ਮੂਵ ਹੋਏ ਹੋਏ ਆ ਤੇ ਸਾਰੇ ਬੱਚੇ ਆ ਭਾਬੀਆਂ ਚਾਰ ਮੈਂਬਰ ਆ ਚਾਰ ਭਾਬੀਆਂ ਵਾ ਤੇ ਉਧਰ ਮੰਮਾ ਜੀ ਇਹਨਾਂ ਦੇ ਆ ਸਾਰੇ ਬੱਚੇ ਇਹ ਸਾਰੇ ਬੱਚੇ ਆ ਜੀ ਹਾਂਜੀ ਆ ਇਹਨਾਂ ਦਾ ਸਭ ਤੋਂ ਛੋਟਾ ਮੈਂਬਰ ਆ ਜੀ ਨਹੀਂ ਤੁਸੀਂ ਆਹ ਜ਼ਿਆਦਾ ਖੇਚਲ ਕੀਤੀ ਉਹਦਾ ਭਾਜੀ ਹਾਂਜੀ ਸ਼੍ਰੀ ਰਾਮ ਇਮੀਗ੍ਰੇਸ਼ਨ ਵਾਲਿਆਂ ਦੀ ਸਾਰੀ ਫੈਮਿਲੀ ਦਾ ਬਹੁਤ ਬਹੁਤ ਥੈਂਕ ਯੂ ਸਾਨੂੰ ਬਹੁਤ ਪਿਆਰ ਮਿਲਿਆ ਅਸੀਂ ਐਕਸੈਪਟ ਨਹੀਂ ਸੀ ਕੀਤਾ ਐਕਚੁਅਲੀ ਦੇ ਵਿੱਚ ਇਹਨਾਂ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਇਹਨਾਂ ਨੂੰ ਚੈੱਕਆਊਟ ਕਰੋ ਜੇ ਤੁਹਾਨੂੰ ਕੋਈ ਵੀ ਜ਼ਰੂਰਤ ਹੈ ਇਮੀਗ੍ਰੇਸ਼ਨ ਨਾਲ ਰਿਲੇਟਡ ਇੰਡੀਆ ਤੋਂ ਬਾਹਰ ਜਾਣਾ ਚਾਹੁੰਦੇ ਆ ਤਾਂ ਥੈਂਕ ਯੂ ਜੀ ਥੈਂਕ ਯੂ ਸਾਰੀ ਫੈਮਿਲੀ ਦਾ ਅਗੇਨ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ ਜੀ ਰੈਡੀ ਚਲੋ ਜੀ ਆ ਜਾਓ ਪੇਟ ਪੂਜਾ ਹੋਈ ਭਾਜੀ ਹੋਣਾ ਨੇ ਸੇਵਾ ਵਧੀਆ ਕੀਤੀ ਤੇ ਥੈਂਕਸ ਤਾਂ ਬਹੁਤ ਵਾਰੀ ਕੀਤਾ ਵਾ ਪਰ ਵਧੀਆ ਲੱਗਾ ਚਲੋ ਇੰਨਾ ਸੋਚਿਆ ਨਹੀਂ ਵੀ ਆਹ ਕੁਛ ਹੋਣਾ ਵਾ ਪਰ ਬਹੁਤ ਵਧੀਆ ਸੀਗਾ ਸਾਰਾ